sa ito. Ano sila naman? Kol kol dala galaw na. Kol A'udzu billahi minash shaitanir rajim. Bismillahir rahmanir rahim. Assalamualaikum dosto, umeed hai sab dost, sab bhai, sab viewer khairiyat nal hove de. Dosto main Imran Aslam Vadai, tusi dekh rahe ho apna Maveshi Mandi TV. Dosto aaj tuhade waste ek gaon di ek gaon ek majj ek katta inna di video leke aaye hain dosto. Dosto majj jehdi oh farokht ho gayi, agge kuch bande aake baithe san ji, unna lai li ji majj ji. ਇੱਕ ਕੱਟਾ ਤੇ ਇੱਕ ਗਾਂ ਦੀ ਕੱਟਾ ਦੋਸਤੋ ਲਿਆ ਆਪਣੇ ਵਾਸਤੇ ਜੀ, ਇੱਕ ਦੋਸਤ ਇੱਕ ਭਾਈ ਭਲਾ ਹੋਵੇ ਉਸਦਾ ਤੋਹਫਾ ਦਿੱਤਾ ਸੀ ਜੀ. ਇਨਸ਼ਾਅੱਲਾ ਜੀ ਭਲਾ ਹੀ ਹੈ. ਉੱਥੇ ਮੱਝੀ ਬਣਨ ਦੀਆਂ ਬੰਨਿਆਂ ਦੀਆਂ ਸਾਡੀਆਂ, ਅਤੇ ਬਹੁਤ ਅੱਛੀ ਚੀਜ਼ ਹੈ ਦੋਸਤੋ, ਬਹੁਤ ਨਸਲ ਵਾਲੀ ਸ਼ਾਇਦ. ਅਤੇ ਦੋਸਤੋ ਇਹ ਗਾਂ ਜਿਹੜੀ ਹੈ ਬਰਾਏ ਫਰੋਖਤ ਹੈ, ਹਾਲੀ ਸੂਣ ਵਾਲੀ ਹੈ, ਬਾਕੀ ਤਿਆਰੀ ਕਰਦੀ ਪਈ. ਕੱਦ ਵੇਖ ਲਓ ਤੂੰ, ਕੱਦ ਕਾਠ ਮਾਸ਼ਾਅੱਲਾ ਜੀ, ਥਾਣ ਚੱਡਾ ਤੁਹਾਡੇ ਸਾਹਮਣੇ ਦੋਸਤੋ. ਤਾਰੀਫਾਂ ਦੀ ਲੋੜ ਹੀ ਨਹੀਂ ਦੋਸਤੋ, ਮੁਕੰਮਲ ਇਹਦੀ ਅੱਗੇ ਵੀ ਵੀਡੀਓ ਹੋਰ ਵੀ ਆਈਆਂ ਨੇ, ਉਹ ਵੀ ਮੈਂ ਇਨਸ਼ਾਅੱਲਾ ਨਾਲ ਲਾ ਦਿਆਂਗਾ ਦੋਸਤੋ, ਅਤੇ ਤਸੱਲੀ ਨਾਲ ਜਿਹੜਾ ਤੁਸੀਂ ਯਾਨੀ ਕਿ ਤੁਸੀਂ ਜਾਨਵਰ ਦੇਖ ਸਕੋ ਦੋਸਤੋ. ਅਲੀ ਹੈ, ਸੋਹਣੇ ਵਾਲੀ ਹੈ. ਤਕਰੀਬਨ ਹਫ਼ਤਾ ਇਹਨੇ ਹਲੀ ਕੱਢਣਾ, ਪੰਜ ਦਿਨ ਜਾਂ ਸੱਤ ਦਿਨ ਛੇ ਦਿਨ ਤਕਰੀਬਨ ਲੈ ਜੇ ਦੀ. ਅਤੇ ਬਾਕੀ ਕ੍ਰਾਸ ਗਾਂ ਦੋਸਤੋ, ਵੱਡੀ ਗਾਂ, ਭਾਰੀ ਗਾਂ, ਠੁੱਲੀ ਗਾਂ, ਗਵਾਲ ਵਾਲੀ ਗਾਂ, ਦੁੱਧ ਵਾਲੀ ਗਾਂ. ਅਤੇ ਬਾਕੀ ਦੋਸਤੋ ਇਨਸ਼ਾਅੱਲਾ ਜੀ, ਅੱਲਾ ਪਾਕ ਦਾ ਹੁਕਮ ਹੈ, ਅਤੇ ਦੋਸਤੋ ਇਹਨੂੰ ਦੁੱਧ ਜਿਹੜਾ ਨਾ 25-26 ਲੀਟਰ ਦਾ ਪਾਰ ਹੀ ਨਹੀਂ ਹੋਣ ਲੱਗਾ. ਜੇ ਕੋਈ ਲੈਣੇ ਵਾਲਾ ਘਰ ਹੋਇਆ ਤਾਂ ਇਹਦੇ ਕੋਲ 30 ਲੀਟਰ ਵੀ ਦੁੱਧ ਲੈ ਲਏਗਾ. ਬਾਕੀ ਦੋਸਤੋ ਤਿਆਰੀ ਕਰਦੀ ਪਈ ਗਾਂ, ਥਣ ਚੱਡਾ ਤੁਹਾਡੇ ਸਾਹਮਣੇ ਵੀ. ਅਤੇ ਕ੍ਰਾਸ ਜਾਨਵਰ ਵੱਡੀ ਗਾਂ ਮਾਸ਼ਾਅੱਲਾ. ਇਹਦੀ ਕੀਮਤ ਦੇ ਬਾਰੇ ਦੋਸਤੋ ਸੋਚ ਰਹੇ ਹੁੰਦੇ ਕਿ ਇਹਦੀ ਕੀਮਤ ਕਿੰਨੀ ਹੈ ਦੋਸਤੋ, ਇਹਦੀ ਜਿਹੜੀ ਡਿਮਾਂਡ ਕਰ ਰਹੇ ਨੇ ਹਾਜੀ ਸਾਹਿਬ, 2,70,000 ਰੁਪਏ ਫੁੱਲ ਜਵਾਨ ਗਾਂ ਦੋਸਤੋ. ਸਿੰਘ ਹੈ ਨੇ ਗਾਂ ਦੇ, ਜ਼ਰਾ ਕੋਝੇ ਨੇ, ਅਤੇ ਜਿੱਡੀ ਵੱਡੀ ਆਪ ਹੈ ਮਾਸ਼ਾਅੱਲਾ. ਜੇ ਪੋਟੀ ਹੁੰਦੀ ਤਾਂ ਕਿਆ ਹੀ ਬਾਤਾਂ ਸਨ. ਖੈਰ ਕੋਈ ਮਸਲਾ ਨਹੀਂ, ਸਾਹੂ ਸੀਲ ਹੈ ਮਾਸ਼ਾਅੱਲਾ ਦੋਸਤੋ. ਇਹਦੀ ਜਿਹੜੀ ਜਗ੍ਹਾ ਵੇ ਲੋਕੇਸ਼ਨ ਹੈ, ਕੋਈ ਦੋਸਤ ਨਵੇਂ ਹੋਣੇ ਨੇ, ਜ਼ਿਲ੍ਹਾ ਸਰਗੋਧਾ, ਥਾਣਾ ਜਾਵਰੀਆਂ, ਚੱਕ ਹਯਾਤਪੁਰ, ਪੰਜਾਬ, ਪਾਕਿਸਤਾਨ, ਬੇਰਾ ਇੰਟਰਚੇਂਜ, ਸਾਲਮ ਇੰਟਰਚੇਂਜ ਤੋਂ ਦੋਸਤੋ ਨਜ਼ਦੀਕ ਹੀ ਸਾਡਾ ਡੇਰਾ ਹੈ, ਸਾਡਾ ਫਾਰਮ ਹੈ. ਉੱਥੇ ਹਾਜੀ ਮੁਹੰਮਦ ਅਸਲਮ ਸਾਹਿਬ ਦੇ ਕੋਲ ਹੈ ਗਾਂ ਜੀ. ਅੱਜ ਹੀ ਗਾਂ ਆਈ ਹੈ ਦੋਸਤੋ, ਮਾਸ਼ਾਅੱਲਾ, ਧੁੰਨੀ ਤੋਂ ਲੈ ਕੇ ਸਾਰ ਤਾਈਂ ਚੱਡਾ ਸੋ ਜੀ, ਖੁੱਲ੍ਹੇ ਚੱਡੇ ਦੀ ਮਾਸ਼ਾਅੱਲਾ. ਫਿਰ ਥਣ ਚੱਡਾ ਗਵਾਲ, ਅਤੇ ਸਾਈਆਂ ਇੰਨੀਆਂ ਕੁ ਤਾਰੀਫਾਂ ਕੀਤੀਆਂ ਨੇ ਦੋਸਤੋ ਕਿ ਹੱਦ ਤੋਂ ਜ਼ਿਆਦਾ. ਉਹਨਾਂ ਦੇ ਹਾਜੀ ਸਾਹਿਬ ਦੱਸਦੇ ਪਏ ਸਨ ਸਾਡੀ ਇਹਦੀ ਸਟੋਰੀ, ਕਿ ਕਹਿੰਦੇ ਹਾਜੀ ਸਾਹਿਬ 30 ਲੀਟਰ ਦਾ ਗਾਂ ਸਾਡੀ ਨੂੰ ਪਾਰ ਹੀ ਕੋਨੀ. ਬਾਕੀ ਮਾਸ਼ਾਅੱਲਾ ਦੋਸਤੋ, 20 ਕਿਲੋ ਤੋਂ ਬਾਹਰ ਗਾਂ ਦੁੱਧ ਆਰਾਮ ਨਾਲ ਦੇਣ ਵਾਲੀ ਗਾਂ, ਜਿੱਡਾ ਜਾਨਵਰ ਹੈ. ਠੀਕ ਹੈ ਦੋਸਤੋ, ਅੱਲਾ ਹਾਫਿਜ਼, ਦੁਆਵਾਂ ਯਾਦ ਰੱਖਣਾ, ਆਪਣਾ ਖਿਆਲ ਰੱਖਣਾ. ਫੀ ਮਾਨ ਇੱਲਾ ਜੀ, ਇਨਸ਼ਾਅੱਲਾ ਇੱਕ ਨਵੀਂ ਵੀਡੀਓ ਨਾਲ ਫਿਰ ਮਿਲਾਂਗੇ. ਖੁਦਾ ਹਾਫਿਜ਼ ਜੀ, ਗੁੱਡ ਬਾਏ.